पंजाब नवी बनी भगवंत मान की सरकार ने ट्रांसपोर्ट माफिए ते नकेल कसण की तैयारी खिंच दिती है। ट्रांसपोर्ट विभाग संभालण तो बाद लालजीत सिंह भुल्लर श्री दरबार साहब दे विच नतमस्तक होए। इसे दौरान उन्होंने ऐलान किया कि ट्रांसपोर्ट माफिया चलाउण वालियां ते सख्त कार्रवाई की जाएगी अते कहा कि पंजाब दे विच पहलां दी तरह औरतां दा सफर मुफ्त रहेगा। बिल्कुल ट्रांसपोर्ट माफिया इन्हां दा ही आ जिहड़े पहले रवायती पार्टियां वाले अकाली दल कांग्रेस वाले एम एल ए मंत्री बनते रहे इहो ही ट्रांसपोर्ट माफिया ते हैवी हो गया। एक एक परमिट ते दो दो तीन तीन बसां चला रहे आ ਉਹ ਸਾਰਿਆਂ ਤੇ ਸ਼ਿਕੰਜਾ ਕੱਸਾਂਗੇ ਠਰਮੇ ਨਾਲ ਚੱਲਾਂਗੇ। ਇਹ ਨਹੀਂ ਹੋਵੇਗਾ ਕਿ ਅਸੀਂ ਕਾਹਲੀ ਦੇ ਵਿੱਚ ਕੋਈ ਕਦਮ ਚੁੱਕ ਲਈਏ ਅਤੇ ਉਹਦੇ ਬਾਅਦ ਫਿਰ ਸਾਨੂੰ ਹਾਸੋਹੀਣਾ ਲੋਕਾਂ ਦੇ ਸਾਹਮਣੇ ਹਾਸੋਹੀਣੀ ਜਵਾਬ ਲੈਣੇ ਪੈਣ। ਬਿਲਕੁਲ ਜੋ ਪਿਛਲੀ ਸਰਕਾਰ ਦਾ ਮਹਿਲਾਵਾਂ ਦਾ ਫ੍ਰੀ ਸਫ਼ਰ ਉਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਇਹ ਇਨਕੁਆਇਰੀ ਕਰਾਵਾਂਗੇ ਬਕਾਇਦਾ ਜੇ ਵਾਕਈ ਇਸ ਤਰ੍ਹਾਂ ਇਹ ਟੈਕਸੀ ਯੂਨੀਅਨ ਦੀ ਵੀ ਜਿਹੜਾ ਕਬਜ਼ਾ ਕੀਤਾ ਟਰਾਂਸਪੋਰਟ 'ਤੇ ਉਹਨੂੰ ਵੀ ਕਬਜ਼ੇ ਤੋਂ ਛਡਾਵਾਂਗੇ ਅਤੇ ਹਰੇਕ ਬੇਰੁਜ਼ਗਾਰ ਨੂੰ ਇੱਕ ਇੱਕ ਪਰਮਿਟ ਦਿੱਤਾ ਜਾਵੇਗਾ ਤਾਂ ਜੋ ਸਾਰਿਆਂ ਨੂੰ ਰੋਟੀ ਮਿਲ ਸਕੇ। ਬਸ ਅਜੇ ਕੱਲ੍ਹ ਹੀ ਅਹੁਦਾ ਸੰਭਾਲਿਆ ਇਹਨੂੰ ਰੂਟੀਨ 'ਚ ਆਪਾਂ ਚਲਾਵਾਂਗੇ ਹੌਲੀ ਹੌਲੀ ਪਤਾ ਲੱਗੇਗਾ ਕਿ ਕਿੱਥੇ ਕਿੱਥੇ ਖਾਮੀਆਂ ਉਹ ਖਾਮੀਆਂ ਦੂਰ ਕਰਾਂਗੇ। ਉਹ ਸਾਰਾ ਪ੍ਰੋਪੋਗੈਂਡਾ ਵੇਖੋ ਦਿੱਲੀ 'ਚ ਜਿਹੜੀ ਏਅਰਪੋਰਟ ਨੂੰ ਜਾਣੀ ਆ ਬਸ ਏਅਰਪੋਰਟ ਕੇਂਦਰ ਸਰਕਾਰ ਦੇ ਅਧੀਨ ਆ। ਪਹਿਲਾਂ ਸਾਨੂੰ ਜਿਹਦੇ ਅਧੀਨ ਆ ਮੋਦੀ ਨੂੰ ਮਿਲਣਾ ਚਾਹੀਦਾ ਸੈਂਟਰ ਗੌਰਮੈਂਟ ਨੂੰ ਮਿਲਣਾ ਚਾਹੀਦਾ। ਬਾਦਲਾਂ ਨੇ ਮੋਦੀ ਨਾਲ ਗੰਢ ਤੋਪ ਆ ਉਹਨਾਂ ਦੀ ਬਾਦਲਾਂ ਦੀ ਆਪੇ ਜਾਣੀ ਆ ਬਸ ਮੋਦੀ ਦੀ ਸਰਕਾਰ ਆ ਰੋਡ 'ਤੇ ਤਾਂ ਆਉਣਾ ਹੀ ਪਊਗਾ ਫਿਰ ਹੀ ਚੈਕਿੰਗ ਹੋਊਗੀ ਰੋਡ 'ਤੇ ਆਵਾਂਗੇ ਤਾਂ ਚੈਕਿੰਗ ਹੋਣੀ ਆ। ਮਾਫੀਆ ਨੂੰ ਚੇਤਾਵਨੀ ਆ ਇਹ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਭਾਵੇਂ ਸਾਡਾ ਆਮ ਆਦਮੀ ਪਾਰਟੀ ਵਾਲਾ ਹੀ ਨਜਾਇਜ਼ ਬੱਸਾਂ ਚਲਾਉਂਦਾ ਹੋਵੇ ਅਕਾਲੀ ਦਲ ਕਾਂਗਰਸ ਦਾ ਹਰੇਕ ਤਾਂ ਇੱਕੋ ਕਾਰਵਾਈ ਹੋਵੇਗੀ ਜਿਹਦੀ ਨਜਾਇਜ਼ ਬਸਤੀ ਚੱਲਦੀ ਹੋਵੇਗੀ ਉਹਨੂੰ ਬੌਂਡ ਕਰਾਂਗੇ ਬੰਦ ਕਰਾਂਗੇ ਲੋਕਾਂ ਨੂੰ ਸਹੀ ਸ਼ਾਸਨ ਪ੍ਰਸ਼ਾਸਨ ਦੇਵਾਂਗੇ। ਟਰਾਂਸਪੋਰਟ ਮੰਤਰੀ ਨੇ ਨਜਾਇਜ਼ ਬੱਸਾਂ ਚਲਾਉਣ ਵਾਲਿਆਂ ਨੂੰ ਵੀ ਸਖਤ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਕੋਈ ਵੀ ਗਲਤ ਕੰਮ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ ਚਾਹੇ ਕੋਈ ਸਾਡੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। चैनल पंजाबी हुणे सबसक्राइब करो बैल आइकन ते क्लिक करो। की हुंदी है जमाबंदी किवें बनदी है वसीयत जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार.com कानून जायदाद दा।